ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ, ਨਵੀਂ ਸਮੱਸਿਆ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲਬਾਤ ਕਰਾਂਗੇ ਆਜ਼ਾਦੀ ਦੀ। 72 ਸਾਲ ਆਜ਼ਾਦੀ ਦੇ, ਜਿਹੜਾ ਪੂਰਾ ਦੇਸ਼ ਹਾਲ ਹੀ ਦੇ ਵਿੱਚ ਮਨਾ ਕੇ ਹਟਿਆ ਹੈ, ਆਜ਼ਾਦੀ ਦੇ ਨਾਮ 'ਤੇ ਬਹੁਤ ਵੱਡੇ ਵੱਡੇ ਜਸ਼ਨ ਕੀਤੇ ਗਏ ਨੇ, ਪਰ ਵੱਡਾ ਸਵਾਲ ਜਿਹੜਾ ਕੀ ਹੈ ਕਿ ਪੂਰਨ ਤੌਰ 'ਤੇ ਸਾਨੂੰ ਆਜ਼ਾਦੀ ਹੈ, ਕਿ ਸਾਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੈ, ਕਿ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਸਾਨੂੰ ਪੂਰੀ ਤਰ੍ਹਾਂ ਮਿਲਿਆ ਹੋਇਆ, ਸਾਨੂੰ ਹੱਕ ਹੈ ਸਭ ਕੁਝ ਬੋਲਣ ਦਾ, ਸਭ ਕੁਝ ਕਰਨ ਦਾ, ਕਿ ਕਿੰਨੇ ਕੁ ਆਜ਼ਾਦ ਹਾਂ ਅਸੀਂ। ਪੰਜਾਬ ਦੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਇਹ ਬਹੁਤ ਵੱਡਾ ਰੋਲ ਅਦਾ ਕਰਦੀ ਹੁੰਦੀ ਹੈ ਦੇਸ਼ ਦੇ ਲੋਕਤੰਤਰ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਨੌਜਵਾਨਾਂ ਦੀ ਰਾਏ ਜਾਣਾਂਗੇ ਕਿ ਇਹ ਪੂਰੀ ਤਰ੍ਹਾਂ ਆਜ਼ਾਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ? ਪਰਵਿੰਦਰ। ਪਰਵਿੰਦਰ, ਕਿੰਨਾ ਕੁ ਆਜ਼ਾਦ ਮਹਿਸੂਸ ਕਰਦੇ ਹੋ? ਮੈਮ, ਮੈਂ ਆਜ਼ਾਦ ਭਾਰਤ ਦਾ ਵਸਨੀਕ ਹੈ, ਤਾਂ ਮੈਂ ਪੂਰਾ ਆਜ਼ਾਦੀ ਮਹਿਸੂਸ ਕਰਦਾ ਮੈਮ। ਮੈਂ ਆਜ਼ਾਦ ਹਾਂ ਮੈਮ, ਬਿਲਕੁਲ ਆਜ਼ਾਦ ਹਾਂ। ਜਿੰਨਾ ਹਾਲ ਹੀ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਗਿਆ, ਵੱਡੇ ਵੱਡੇ ਜਿਹੜੇ ਆ ਉਹ ਆਜ਼ਾਦੀ ਦਿਹਾੜੇ 'ਤੇ ਉਹ ਸਮਾਗਮ ਕਰਵਾਏ ਗਏ, ਕੀ ਲੱਗਦਾ ਹੈ ਕਿ ਇਹਨਾਂ ਦੀ ਜ਼ਮੀਨੀ ਹਕੀਕਤ ਕੀ ਹੈ? ਮੈਮ, ਜ਼ਮੀਨੀ ਹਕੀਕਤ ਤਾਂ ਲੋਕਾਂ ਨੂੰ ਸਾਡੇ, ਅਸੀਂ 72 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਹੈ ਨਾ, ਜੇ ਸਾਡਾ 72 ਸਾਲ ਹੋ ਗਿਆ ਆਜ਼ਾਦ ਹੋਇਆਂ ਨੂੰ, ਮੈਮ ਸਾਡੀਆਂ ਦੇਸ਼ ਦੇ ਵਿੱਚ ਜੋ ਅਸੀਂ ਅਚੀਵ ਕੀਤਾ ਸਾਡੇ ਦੇਸ਼ ਨੇ ਇੰਨੇ ਸਾਲਾਂ ਦੇ ਵਿੱਚ, ਜਿੰਨੇ ਅਸੀਂ ਚੀਜ਼ਾਂ ਸਾਡੀ ਗੌਰਮੈਂਟ ਲੈ ਕੇ ਆਈ ਸਾਡੇ ਲਈ ਵੈਲਫੇਅਰ ਲਈ ਕੰਮ ਹੋਏ, ਤਾਂ ਮੈਮ ਇਹ ਲੋਕਾਂ ਤੱਕ ਪਹੁੰਚਾਉਣੀ ਹੈ, ਇਹ ਲੋਕਾਂ ਤੱਕ ਪਹੁੰਚ ਕਰਨੀ ਇਹਨਾਂ ਗੱਲਾਂ ਦੀ ਬਹੁਤ ਜ਼ਰੂਰੀ ਹੈ ਜੀ। ਇਹੋ ਜਿਹੇ ਸਮਾਗਮ ਹੋਣੇ ਚਾਹੀਦੇ ਵੱਡੇ ਪੱਧਰ 'ਤੇ ਨੈਸ਼ਨਲ। ਆਜ਼ਾਦ ਹਾਂ ਤਾਂ ਫਿਰ ਅੱਜ ਸੰਘਰਸ਼ ਕਿਉਂ ਹੋ ਰਹੇ ਨੇ? ਮੈਮ, ਕਿਹੜਾ ਸੰਘਰਸ਼ ਦੱਸੋ ਜੀ? ਸਾਰੇ ਹਰ ਇੱਕ ਨੂੰ ਆਪਣੇ ਜਿਹੜੇ ਹੱਕ ਮੰਗਣ ਦੇ ਲਈ ਪ੍ਰਦਰਸ਼ਨ ਕਿਉਂ ਕਰਨੇ ਪੈਣੇ? ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ, ਅਧਿਆਪਕ ਪ੍ਰਦਰਸ਼ਨ ਕਰ ਰਹੇ ਨੇ। ਮੈਂ ਤੁਹਾਡੀ ਗੱਲਾਂ ਸਹਿਮਤ ਹਾਂ। ਸੀ ਨਹੀਂ ਕਰਦੇ? ਨਹੀਂ ਮੈਮ, ਅੱਜ ਤੋਂ 2-3 ਮਹੀਨੇ ਪਹਿਲਾਂ ਕਿਸਾਨ ਪ੍ਰਦਰਸ਼ਨ ਕਰਦੇ ਸੀ, ਪਰ MSP ਲਾਗੂ ਹੋਣ ਨਾਲ ਮੈਮ ਅੱਜ ਤੁਸੀਂ ਜਾ ਕੇ ਪਿੰਡਾਂ 'ਚ ਮਿਲੋ ਲੋਕਾਂ ਨੂੰ। ਮੈਮ, ਸਾਡੇ ਪਿੰਡ, ਮੈਮ ਸਾਡੇ ਪਿੰਡ ਦੇ, ਮੇਰੇ ਪਿੰਡ ਤੋਂ ਘੱਟ ਜਿੱਦਣ ਵੀ ਮੋਦੀ ਨੇ ਮਲੋਟ ਰੈਲੀ ਕੀਤੀ ਹੈ ਮੇਰੇ ਪਿੰਡ ਤੋਂ, ਮੈਮ ਆਪ ਮੁਹਾਰੇ ਲੋਕ, 50 ਕਿਸਾਨ ਉੱਥੇ ਰੈਲੀ 'ਚ ਗਏ ਮੈਮ, ਆਪ ਮੁਹਾਰੇ ਗਏ, ਕਿਉਂਕਿ ਇੱਕ ਕਿਸਾਨ ਨੂੰ ਮੈਮ ਪਰ ਏਕੜ ਮਗਰ 10-12,000 ਰੁਪਏ ਦਾ ਫਾਇਦਾ ਹੋ ਗਿਆ ਮੈਮ। ਉਹਨੇ ਕੀ ਲੈਣਾ ਜੀ, ਉਹਨੂੰ ਕੀ ਗੌਰਮੈਂਟ ਨਾਲ ਮੈਮ, ਉਹਨੂੰ ਅੱਜ ਉਹਦਾ ਸਾਰਾ ਖਰਚਾ ਜਿੰਨਾ ਸਾਡਾ ਝੋਨੇ 'ਤੇ ਖਰਚਾ ਆਇਆ ਜੀ, 10-11,000 ਰੁਪਏ ਸਾਰਾ ਨਿਕਲ ਗਿਆ ਮੈਮ ਸਾਡਾ ਤੋਂ ਜੀ। ਤੁਸੀਂ ਮੰਨਦੇ ਹੋ ਕਿ ਪੂਰੀ ਤਰ੍ਹਾਂ ਆਜ਼ਾਦ ਹੋ, ਕੋਈ ਹੋਰ ਆਜ਼ਾਦੀ ਨਹੀਂ ਚਾਹੀਦੀ? ਨਹੀਂ ਚਾਹੀਦੀ ਮੈਮ। ਕੀ ਨਾਮ ਹੈ? ਗੁਰਪ੍ਰਤਾਪ ਬੋਪਰ ਹੈ। ਗੁਰਪ੍ਰਤਾਪ, ਪੂਰੀ ਤਰ੍ਹਾਂ ਆਜ਼ਾਦ ਹੋ? ਹਾਂਜੀ, ਬਿਲਕੁਲ ਆਜ਼ਾਦ ਹੈ ਜੀ। ਹਰ ਇੱਕ ਗੱਲ ਰੱਖਣ ਦੀ ਆਜ਼ਾਦੀ ਹੈ ਜੀ, ਬਿਲਕੁਲ, ਪੂਰੀ ਕੰਮ ਕਰਨ ਦੀ ਆਜ਼ਾਦੀ, ਐਕਸਪ੍ਰੈਸ਼ਨ ਪੂਰੀ ਹੈ ਜੀ। ਫਿਰ ਮੈਂ ਬਹੁਤ ਵਾਰ ਦੇਖਿਆ ਹੈ ਕਿ ਵਿਦਿਆਰਥੀਕ ਅਦਾਰਿਆਂ ਦੇ ਵਿੱਚ, ਵਿੱਦਿਅਕ ਅਦਾਰਿਆਂ ਦੇ ਵਿੱਚ ਵਿਦਿਆਰਥੀ ਹੀ ਜਿਹੜੇ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਆਪਣੇ ਆਰਗੇਨਾਈਜੇਸ਼ਨ ਦੇ ਖਿਲਾਫ, ਆਪਣੇ ਹੈੱਡ ਜਿਹੜੇ ਟੀਚਰਸ ਉਹਨਾਂ ਦੇ ਖਿਲਾਫ, ਕਿਉਂ? ਜੇਕਰ ਆਜ਼ਾਦੀ ਹੈ ਬੋਲਣ ਦੀ ਤਾਂ ਫਿਰ ਸੰਘਰਸ਼ ਕਿਉਂ ਨੇ? ਹੁਣ ਕਈ ਡਿਮਾਂਡ ਇਹੋ ਜਿਹੀਆਂ ਰੱਖ ਲੈਂਦੇ ਆ ਸਟੂਡੈਂਟਸ ਕਿ ਜੇ ਫੁੱਲਫਿਲ ਨਾ ਕਰ ਸਕੀਏ ਤਾਂ ਫਿਰ ਉਹ ਪ੍ਰਦਰਸ਼ਨ ਕਰਦੇ ਨੇ, ਤਾਂ ਜੀ ਫਿਰ ਗੱਲ ਤਾਂ ਉਹਨਾਂ ਦੀ ਸੁਣੀ ਹੋ ਜਾਂਦੀ ਹੈ, ਬਾਅਦ 'ਚ ਪ੍ਰਦਰਸ਼ਨ ਵੀ ਕਰਦੇ ਨੇ। ਮਤਲਬ ਕਿ ਹੁਣ ਜੇ ਫਰੀਡਮ ਆਫ ਸਪੀਚ ਐਕਸਪ੍ਰੈਸ਼ਨ ਹੈ, ਉਹਨਾਂ ਨੂੰ ਇੱਕਦਮ ਤੋਂ ਜਦ ਪ੍ਰਦਰਸ਼ਨ ਕਰਦੇ ਠਾਲਿਆ ਤਾਂ ਨਹੀਂ ਜਾਂਦਾ ਹੈਗਾ, ਇੱਕਦਮ ਤੋਂ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਪ੍ਰੋਪਰਲੀ। ਹੁਣ ਇਹ ਫਰੀਡਮ ਆਫ ਐਕਸਪ੍ਰੈਸ਼ਨ ਹੀ ਹੈ ਸਪੀਚ ਜੀ ਦੇਣ ਦੀ। ਯਾਨੀ ਕਿ ਤੁਸੀਂ ਮੰਨਦੇ ਹੋ ਕਿ ਤੁਸੀਂ ਪੂਰੀ ਤਰੀਕੇ ਨਾਲ ਮੰਨਦਾ ਜੀ? ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ, ਇਹ ਨੌਜਵਾਨ ਨੇ ਪੰਜਾਬ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਜਿਹੜੇ ਨੇ ਆਜ਼ਾਦ ਮਹਿਸੂਸ ਕਰਦੇ ਨੇ। ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ, ਪੂਰੀ ਤਰ੍ਹਾਂ ਆਜ਼ਾਦ ਨਾਗਰਿਕ ਮਹਿਸੂਸ ਕਰ? ਨਹੀਂ ਜੀ, ਬਿਲਕੁਲ ਵੀ ਨਹੀਂ। ਹਾਂਜੀ, ਇਹ ਜਿਹੜਾ ਵੱਖਰਾ ਤੁਹਾਡਾ ਵਿਚਾਰ ਹੈ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ, ਪਹਿਲੀ ਗੱਲ ਤਾਂ ਜਿਹੜਾ ਮੀਡੀਆ ਹੈ ਨਾ, ਮੀਡੀਆ ਬਕਾਊ ਹੋ ਗਿਆ ਇਸ ਟਾਈਮ ਪੂਰੀ ਤਰ੍ਹਾਂ। ਹੁਣ ਆਪਣੇ ਕਿਸਾਨਾਂ ਨੇ ਤਾਮਿਲ ਲਾਡੂ ਤੋਂ 35,000 ਕਿਸਾਨ ਚੱਲ ਕੇ ਦਿੱਲੀ ਗਿਆ ਸੀਗਾ, ਉਹ ਮੀਡੀਆ ਨੇ ਇੱਕ ਦਿਨ ਵੀ ਖਬਰ ਨਹੀਂ ਦਿਖਾਈ, ਹੈ ਨਾ। ਜਿਹੜਾ ਵੀ ਬੋਲਦਾ ਮੋਦੀ ਦੇ ਵਿਰੁੱਧ, ਉਹ ਗੌਰੀ ਲੰਕੇਸ਼ ਸੀਗੀ, ਉਹਨੂੰ ਗੋਲੀ ਮਾਰ ਦਿੱਤੀ ਗਈ। ਮਤਲਬ ਆਜ਼ਾਦੀ ਰਹੀ ਉਹ ਨਹੀਂ ਬੋਲਣ ਦੀ। ਆ ਇੱਥੇ ਧਰਨਾ ਲੱਗਿਆ ਸੀਗਾ, ਆਪਣੇ ਵਿਦਿਆਰਥੀਆਂ ਲਾਇਆ ਸੀਗਾ, ਜਦੋਂ ਫੀਸਾਂ ਵਧੀਆ ਸੀਗੀਆਂ, ਉਰੇ ਪੁਲਿਸ ਨੇ ਡੰਡੇ ਮਾਰੇ, ਵਿਦਿਆਰਥੀਆਂ ਨੂੰ ਕੁੱਟਿਆ, ਕਿਸੇ ਬੋਲਣਾ 'ਚ ਕੀ ਕਾਹਦੀ ਆਜ਼ਾਦੀ ਹੈ? ਆਮ ਲੋਕਾਂ ਨੂੰ ਤਾਂ ਕੀ, ਅੱਜ ਮੀਡੀਆ ਨੂੰ ਵੀ ਆਜ਼ਾਦੀ ਨਹੀਂ ਹੈ, ਮੀਡੀਆ ਦਾ ਵੀ ਗਲਾ ਕੁੱਟਿਆ ਜਾ ਰਿਹਾ। ਸਹੀ ਗੱਲ ਹੈ, ਸਿੱਖ ਸਟੂਡੈਂਟ ਨੂੰ ਜ਼ਿਆਦਾ ਟੌਰਚਰ ਕੀਤਾ ਗਿਆ ਉਹਦੇ ਵਿੱਚ। ਬਿਲਕੁਲ, ਤੁਸੀਂ ਸਿੱਖਾਂ ਦੀ ਗੱਲ ਕੀਤੀ ਹੈ ਤੇ ਸਿੱਖਾਂ ਦਾ ਕੋਈ ਇੱਕ ਮਾਮਲਾ ਨਹੀਂ ਹੈ, ਸਾਰੇ ਹੀ ਜਾਣਦੇ ਨੇ ਕਿ ਸਿੱਖਾਂ ਦੇ ਉੱਪਰ ਜਿਹੜਾ ਹਾਲ ਹੀ ਦੇ ਵਿੱਚ ਤਸ਼ੱਦਦ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਆਪਣਾ ਆਵਾਜ਼ ਚੁੱਕਣ ਦੀ ਆਜ਼ਾਦੀ ਨਹੀਂ ਹੈ ਸਾਨੂੰ, ਤੇ ਅਸੀਂ 72 ਸਾਲ ਮਨਾ ਰਹੇ ਹਾਂ ਜਸ਼ਨ ਕਰ? ਬਿਲਕੁਲ ਵੀ ਨਹੀਂ ਮਨਾਉਣਾ ਚਾਹੀਦਾ ਮੈਮ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਆਪਾਂ ਨੂੰ 34 ਸਾਲ ਹੋ ਗਏ 1984 ਦੇ ਦੰਗੇ ਹੋਇਆਂ ਨੂੰ, ਉਹਦੇ 'ਤੇ ਕੋਈ ਬੋਲਦਾ ਉਹਨੂੰ ਟੈਰਰਿਸਟ ਬਣਾ ਕੇ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ। ਉਹਨਾਂ ਨੂੰ ਅੱਜ ਤੱਕ ਕੋਈ ਸੱਜਣ ਕੁਮਾਰ ਨੂੰ ਇੱਥੇ ਤੱਕ ਅਰੈਸਟ ਵੀ ਨਹੀਂ ਕੀਤਾ ਉਹਨਾਂ ਨੇ। ਹਾਂਜੀ, ਟਾਈਟਲਰ ਆ ਕਾਹਦੀ ਆਜ਼ਾਦੀ ਹੈ? ਯਾਨੀ ਕਿ ਤੁਸੀਂ ਮੰਨਦੇ ਹੋ ਕਿ ਆਜ਼ਾਦੀ ਨਹੀਂ? ਫੇਸਬੁੱਕ 'ਤੇ ਵੀ ਕੋਈ ਕੁਛ ਵੀ ਬੋਲਦਾ ਉੱਥੇ ਵੀ ਆਜ਼ਾਦੀ ਨਹੀਂ ਹੈਗੀ, ਉੱਥੇ ਵੀ ਉਹਨਾਂ ਨੂੰ ਟਰੇਸ ਕਰਕੇ ਚੱਕਿਆ ਜਾਂਦਾ ਹੈ ਨਾ, ਜੇਲ੍ਹ 'ਚ
ਸਹੀ ਗੱਲ ਇਹਨਾਂ ਨੇ ਕਿਹਾ ਕਿ ਅੱਜ ਆਜ਼ਾਦੀ ਜਿਹੜੀ ਹੈ ਉਹ ਕਿਧਰੇ ਵੀ ਸਾਨੂੰ ਨਜ਼ਰ ਨਹੀਂ ਆ ਰਹੀ, ਅਸੀਂ ਜਸ਼ਨ ਤਾਂ ਮਨਾ ਰਹੇ ਹਾਂ ਪਰ ਜ਼ਮੀਨੀ ਹਕੀਕਤ ਕੀ ਹੈ ਇਹ ਤੁਹਾਨੂੰ ਉਹ ਪ੍ਰਦਰਸ਼ਨ ਅਤੇ ਉਹ ਧਰਨੇ ਅਤੇ ਉਹ ਤਸ਼ੱਦਦ ਦੱਸ ਦੇਵੇਗੀ ਜਿਹੜੀ ਅੱਜ ਵੀ ਸਾਡੇ ਸਮਾਜ ਦੇ ਵਿੱਚ ਹੋ ਰਹੀ ਹੈ। ਕੀ ਨਾਮ ਹੈ? ਜਤਿੰਦਰਪਾਲ ਸਿੰਘ। ਜਤਿੰਦਰ, ਤੁਸੀਂ ਗੱਲ ਕੀਤੀ ਕਿ ਸਿੱਖਾਂ ਦੇ ਉੱਪਰ ਜਿਹੜੀ ਬਹੁਤ ਤਸ਼ੱਦਦ ਹੁੰਦੀ ਹੈ, ਹਾਲ ਹੀ ਦੇ ਵਿੱਚ ਇਹਨਾਂ ਨੇ ਸਨੌਰ ਦੀ ਘਟਨਾ ਦਾ ਜ਼ਿਕਰ ਕੀਤਾ, ਇਸ ਤੋਂ ਪਹਿਲਾਂ ਜਿਹੜਾ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਆਜ਼ਾਦ ਨਾਗਰਿਕ ਮਹਿਸੂਸ ਕਰਦੇ ਹੋ? ਨਹੀਂ ਜੀ, ਮੈਂ ਬਿਲਕੁਲ ਨਹੀਂ, ਬਿਲਕੁਲ ਨਹੀਂ। ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਕਿ ਇਹ ਜਿਹੜੇ ਜਸ਼ਨ ਮਨਾ ਰਹੇ ਨੇ ਉਹਨਾਂ ਦੀ ਥਾਂ ਤੇ ਕੀ ਕਰਨਾ ਚਾਹੀਦਾ? ਸਾਡੇ ਸਿੱਖਾਂ ਨੂੰ ਪੂਰੇ ਪ੍ਰੋਪਰ ਰਾਈਟਸ ਮਿਲਣੇ ਚਾਹੀਦੇ ਆ। ਮੈਮ ਹਲੇ ਤੱਕ ਸਾਡੇ ਤੇ ਹਿੰਦੂ ਮੈਰਿਜ ਐਕਟ ਲਾਗੂ ਹੈ ਜੀ, ਸਾਡੇ ਆਨੰਦ ਮੈਰਿਜ ਐਕਟ ਆਪਣਾ ਲਾਗੂ ਨਹੀਂ ਹੋਇਆ ਮੈਮ। ਜਿਹੜਾ ਸਿੱਖਾਂ ਦਾ ਆਨੰਦ ਮੈਰਿਜ ਐਕਟ ਹੈ ਹਲੇ ਵੀ ਆਪਾਂ ਨੂੰ ਸਿੱਖ ਮੰਨਿਆ ਨਹੀਂ ਜਾ ਰਿਹਾ ਇੱਥੇ। ਉਹ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉੱਥੇ ਇੱਕ ਧਰਨਾ ਲਾਇਆ ਸੀਗਾ ਬੰਦੇ ਨੇ, ਨੋਰਮਲੀ ਆਵਾਜ਼ ਚੁੱਕੀ ਸੀਗੀ, ਉੱਥੇ ਉਹਨਾਂ ਦੇ ਦੋ ਬੰਦੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਫਿਰ ਕਾਹਦੀ ਆਜ਼ਾਦੀ ਹੈ ਜਦੋਂ ਆਪਾਂ ਬੈਠ ਕੇ ਇੱਕ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ? ਪਹਿਲੀ ਗੱਲ ਤਾਂ ਜੀ, ਪੁਲਿਸ ਨੂੰ ਪਹਿਲਾਂ ਐਕਸ਼ਨ ਲੈਣਾ ਚਾਹੀਦਾ, ਉਹ ਐਕਸ਼ਨ ਲੈਂਦੇ ਨਹੀਂ ਤਾਂ ਬੰਦੇ ਸੜਕਾਂ 'ਤੇ ਆਉਂਦੇ, ਉਹਨਾਂ ਨੂੰ ਇੱਥੇ ਵੀ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ। ਇਹਨਾਂ ਨੇ ਕਿਹਾ ਕਿ ਬਰਗਾੜੀ ਦਾ ਮਾਮਲਾ ਜਿਹੜਾ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਭੱਖਿਆ ਹੋਇਆ, ਮਾਮਲਾ CBI ਦੇ ਕੋਲ ਵੀ ਚਲਾ ਗਿਆ ਹੋਇਆ, ਪਰ ਅਜੇ ਤੱਕ ਮਾਮਲੇ ਦੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਜਿਹੜਾ ਹੈ ਉਹਦੇ ਉੱਪਰ ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਚਾਹੇ ਉਹ 84 ਦਾ ਮਾਮਲਾ ਹੋਵੇ ਅਤੇ ਚਾਹੇ ਬਰਗਾੜੀ ਦਾ ਮਾਮਲਾ ਹੋਵੇ, ਤਾਂ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਆਜ਼ਾਦ ਭਾਰਤ ਦੇ ਨਾਗਰਿਕ ਹਾਂ। ਕੀ ਨਾਮ ਹੈ? ਅਰਸ਼ਦੀਪ। ਅਰਸ਼ਦੀਪ, ਆਜ਼ਾਦ ਹੋ? ਮੈਮ ਮੈਨੂੰ ਕੋਈ ਹੈ ਨਹੀਂ ਇਹਦਾ, ਬਿਕੋਜ਼ ਨਾ ਮੈਮ, ਕਿਉਂਕਿ ਕਈ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੇ ਕਈ ਸਿੱਖ ਰਾਈਟਸ ਹੈ ਉਹ ਆਪਾਂ ਨੂੰ ਮਿਲ ਨਹੀਂ ਰਹੇ, ਉਹਦੇ ਕਾਰਨ ਮੈਨੂੰ ਤਾਂ ਬਸ ਇਹ ਮੈਂਟੈਲਿਟੀ ਹੈ ਕਿ ਆਪਾਂ ਆਜ਼ਾਦ ਨਹੀਂ ਹੈ। ਬਟ ਬਾਕੀ ਇੱਕ ਕਈ ਥਾਂ 'ਤੇ ਲੱਗਦਾ ਕਿ ਹਾਂ ਆਪਾਂ ਨੂੰ ਸਪੀਚ ਆਫ ਫਰੀਡਮ ਹੈ, ਇਹਦੇ ਕਾਰਨ ਕਈ ਥਾਂ 'ਤੇ ਹੈਗਾ ਕਿ ਆਜ਼ਾਦੀ ਹੈਗੀ ਆਪਾਂ ਨੂੰ ਥੋੜ੍ਹੀ ਉਦੋਂ ਜੁੱਤੀ ਦੇ ਵਿੱਚ, ਕਿਉਂਕਿ ਕਿਤੇ ਲੱਗਦਾ ਕਿ ਹੈ ਵੀ ਪਰ ਪੂਰਨ ਤੌਰ 'ਤੇ ਆਜ਼ਾਦ ਨਹੀਂ ਹੈ। ਹਾਂਜੀ, ਉਹ ਪੰਜਾਬ ਦੇ ਵਿੱਚ ਲੱਗਦਾ ਜਾਂ ਮੈਨੂੰ ਚੰਡੀਗੜ੍ਹ ਦੇ ਵਿੱਚ, ਕਿਉਂਕਿ ਮੈਂ ਪਹਿਲਾਂ ਵੀ ਕ੍ਰਿਸਚਨ ਸਕੂਲ 'ਚ ਪੜ੍ਹ ਚੁੱਕਿਆ, ਉੱਥੇ ਵੀ ਥੋੜ੍ਹਾ ਜਿਹਾ ਮੇਰੇ ਨਾਲ ਕੁਛ ਡਿਸਕ੍ਰਿਮੀਨੇਸ਼ਨ ਹੋਈ ਹੈ, ਅਤੇ ਉਹਦੇ ਕਾਰਨ ਕਈ ਵਾਰੀ ਮੈਨੂੰ ਲੱਗਦਾ ਕਿ ਹਾਂ ਪੰਜਾਬੀਆਂ ਨੂੰ ਆਪਣੇ ਹੈ ਨਹੀਂ, ਉਹ ਪ੍ਰੋਪਰ ਰਾਈਟਸ ਨਹੀਂ ਹੈ। ਕੀ ਨਾਮ ਹੈ? ਸਿਮਰਨਜੀਤ। ਸਿਮਰਨ, ਤੁਹਾਡੇ ਬਹੁਤ ਸਾਰੇ ਇੱਥੇ ਦੋਸਤ ਖੜ੍ਹੇ ਸੀਗੇ, ਹਰ ਨੇ ਆਪਣੀ ਵੱਖ ਵੱਖ ਪ੍ਰਤੀਕਿਰਿਆ ਦਿੱਤੀ ਹੈ, ਤੁਸੀਂ ਕੀ ਮਹਿਸੂਸ ਕਰਦੇ ਹੋ, ਇੱਕ ਆਜ਼ਾਦ ਨਾਗਰਿਕ ਮਹਿਸੂਸ ਕਰਦੇ ਹੋ? ਮੈਮ ਬਿਲਕੁਲ ਇੱਕ ਆਜ਼ਾਦ ਨਾਗਰਿਕ ਹੈ, ਅੱਛੀ ਹਮਾਰੀ ਲਾਈਫ ਚੱਲ ਰਹੀ ਹੈ, ਆਰਟੀਕਲ 41 ਸਪੀਚ ਆਫ ਐਕਸਪ੍ਰੈਸ਼ਨ ਹੈ, ਹਮੇ ਹੋਰ ਕਿਆ ਚਾਹਤਾ ਹੈ, ਇੱਕ ਸਟੂਡੈਂਟ ਐਜ਼ ਅ ਹਿਊਮਨ ਬੀਂਗ ਲਗਾ ਲਓ, ਐਜ਼ ਅ ਬਿਜ਼ਨਸਮੈਨ ਲਗਾ ਲਓ, ਹਮ ਆਪਣੇ ਸਾਰੇ ਰਾਈਟਸ ਅੱਛੀ ਤਰ੍ਹਾਂ ਯੂਜ਼ ਕਰ ਰਹੇ ਹਾਂ। ਤੁਹਾਨੂੰ ਆਪਣੀ ਅਥਾਰਿਟੀ ਤੋਂ, ਤੁਹਾਨੂੰ ਆਪਣੇ ਪ੍ਰਸ਼ਾਸਨ ਤੋਂ, ਆਪਣੀ ਗਵਰਨਮੈਂਟ ਤੋਂ ਕਿਸੇ ਤਰ੍ਹਾਂ ਦਾ ਕੋਈ ਅਸੰਤੁਸ਼ਟੀ ਨਹੀਂ ਹੈ? ਨਹੀਂ ਮੈਮ, ਮੈਨੂੰ ਕੋਈ, ਮੁਝੇ ਕੋਈ ਐਸਾ ਲੱਗਦਾ ਨਹੀਂ ਹੈ ਵੈਸੇ। ਹਰ ਕੋਈ ਦੇਖੋ, ਆਪ ਅਗਰ ਫਾਰਮਰਸ ਕੀ ਬਾਤ ਕਰ ਲਓ, ਉਹਨੇ ਕੰਪਨਸੇਸ਼ਨ ਤਾਂ ਮਿਲ ਹੀ ਰਿਹਾ ਹੈ, ਅਬ ਪ੍ਰਾਈਸਿਸ ਮਿਨੀਮਮ ਜੋ ਸਪੋਰਟ ਪ੍ਰਾਈਜ਼ ਹੈ, ਕਿਸੀ ਵੀ ਉਸਕੇ ਫਸਲ ਕੇ ਲਗਾ ਲਓ, ਕਿਸੀ ਵੀ ਚੀਜ਼ ਕੇ ਲਗਾ ਲਓ, ਸਭ ਕੇ ਮੈਂ ਕਹੂੰ 1.5 ਗੁਣਾ ਬਣਾਏ ਹੈ, ਇਟਸ ਕਾਫੀ ਜ਼ਿਆਦਾ ਹੈ। ਯਾਨੀ ਕਿ ਤੁਸੀਂ ਆਜ਼ਾਦ ਮਹਿਸੂਸ ਕਰਦੇ ਹੋ? ਬਹੁਤ ਬਹੁਤ ਸ਼ੁਕਰੀਆ। ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ, ਵੱਡੇ ਵੱਡੇ ਸਮਾਗਮ ਕਰਵਾਏ ਗਏ ਹਾਲ ਹੀ ਦੇ ਵਿੱਚ, ਬਹੁਤ ਜ਼ਿਆਦਾ ਜਿਹੜਾ ਹੈ ਉਹ ਵੱਡੇ ਤੌਰ 'ਤੇ ਇਸ ਜਸ਼ਨ ਨੂੰ ਮਨਾਇਆ ਗਿਆ, ਪਰ ਜ਼ਮੀਨੀ ਹਕੀਕਤ ਕੀ ਹੈ ਕਿ ਅਸੀਂ ਪੂਰਨ ਤੌਰ 'ਤੇ ਆਜ਼ਾਦ ਹਾਂ? ਮੁੰਡਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਲਵੀਂ ਮਿਲਵੀਂ ਪ੍ਰਤੀਕਿਰਿਆ ਉਹਨਾਂ ਨੇ ਦਿੱਤੀ, ਕੁਝ ਕਹਿ ਰਹੇ ਨੇ ਕਿ ਆਜ਼ਾਦੀ ਮਿਲੀ ਹੈ ਅਤੇ ਕੁਝ ਕਹਿ ਰਹੇ ਨੇ ਕਿ ਅੱਜ ਵੀ ਆਜ਼ਾਦੀ ਨਹੀਂ ਹੈ। ਕੁੜੀਆਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਗੱਲ ਆਜ਼ਾਦੀ ਦੀ ਆਉਂਦੀ ਹੈ ਤਾਂ ਕੁੜੀਆਂ ਦੇ ਵਿਚਾਰ ਜਾਣਨ ਨੇ ਬੇਹੱਦ ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਸਭ ਤੋਂ ਵੱਧ ਜਿਹੜੀ ਆਜ਼ਾਦੀ ਅਤੇ ਸਭ ਤੋਂ ਵੱਧ ਬੰਦਿਸ਼ਾਂ ਜਿਹੜੀਆਂ ਨੇ ਉਹ ਇਹਨਾਂ ਦੇ ਉੱਪਰ ਹੀ ਜਿਹੜੀਆਂ ਲਾਗੂ ਹੁੰਦੀਆਂ ਨੇ। ਕੀ ਨਾਮ ਹੈ? ਮਾਈ ਨੇਮ ਇਜ਼ ਅੰਕਿਤਾ। ਅੰਕਿਤਾ, ਆਰ ਯੂ ਇੰਡੀਪੈਂਡੈਂਟ? ਯੈਸ। ਪੂਰੀ ਤਰ੍ਹਾਂ? ਨੋਟ ਕੰਪਲੀਟਲੀ, ਕਿਉਂਕਿ ਸਿਕਿਉਰਿਟੀ ਇਸ਼ੂਜ਼ ਜੋ ਹੈ ਬਹੁਤ ਫੇਸ ਕਰਨੇ ਪੈਂਦੇ ਆ ਸਾਨੂੰ, ਮਤਲਬ ਹੋਸਟਲਸ ਦੀ ਵੀ ਟਾਈਮਿੰਗਸ ਐਂਡ ਆਲ ਦੈਟ, ਬਟ ਫਿਰ ਵੀ ਬੀਂਗ ਇਨ ਚੰਡੀਗੜ੍ਹ, ਆਈ ਐਮ ਇਨ ਚੰਡੀਗੜ੍ਹ ਫਰੋਮ ਲਾਸਟ 2 ਈਅਰਸ, ਤੋ ਯਹਾਂ ਪੇ ਮਾਹੌਲ ਫਿਰ ਵੀ ਬਾਕੀ ਸਿਟੀਜ਼ ਕੇ ਕੰਪੈਰੀਜ਼ਨ ਮੇਂ ਬਹੁਤ ਅੱਛਾ, ਬਹੁਤ ਅੱਛਾ। ਕਿ ਚੰਡੀਗੜ੍ਹ ਦੇ ਮਾਹੌਲ ਦੀ, ਅਸੀਂ ਚੰਡੀਗੜ੍ਹ ਦੇ ਮਾਹੌਲ ਦੀ ਤਾਂ ਗੱਲ ਕਰ ਲਈ, ਪਰ ਜੇਕਰ ਅਸੀਂ ਬਾਹਰ ਹੋਰ ਮਾਹੌਲ ਦੀ ਗੱਲ ਕਰੀਏ ਦੇਸ਼ ਦੇ ਵਿੱਚ, ਉੱਥੇ ਦੇ ਕੁੜੀਆਂ ਬਾਰੇ ਆਜ਼ਾਦੀ ਦਾ ਕੀ ਕਹਿਣਾ? ਨਿਕਲ ਨਹੀਂ ਸਕਦੇ ਬਾਹਰ, ਅੰਧੇਰਾ ਹੋਣੇ ਕੇ ਬਾਅਦ, ਅੰਧੇਰਾ ਹੋਣੇ ਸੇ ਪਹਿਲੇ ਘਰ ਵਾਪਸ ਆਉਣਾ ਬਹੁਤ ਜ਼ਰੂਰੀ ਹੈ। ਪੇਰੈਂਟਸ ਕੀ ਵੀ ਇਹੀ ਬਾਤ ਹੁੰਦੀ ਹੈ, ਅੱਛਾ ਕਹਾਂ ਜਾ ਰਹੇ ਹੋ, ਅੰਧੇਰਾ ਹੋਣੇ ਸੇ ਪਹਿਲੇ ਵਾਪਸ ਆ ਜਾਣਾ। ਬੇਸ਼ੱਕ ਸਾਡੇ ਪੇਰੈਂਟਸ ਜਿਹੜੇ ਉਹ ਕਿੰਨੇ ਵੀ ਜ਼ਿਆਦਾ ਬਰੋਡ ਮਾਈਂਡਡ ਕਿਉਂ ਨਾ ਹੋਣ, ਪਰ ਅੱਜ ਵੀ ਮੈਨੂੰ ਲੱਗਦਾ ਹੈ ਕਿ ਸਾਨੂੰ ਕੁੜੀਆਂ ਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਸੁਣਨੀਆਂ ਪੈਂਦੀਆਂ ਸੀ, ਅੱਜ ਵੀ ਸੁਣਨੀਆਂ ਪੈਂਦੀਆਂ। ਬਿਲਕੁਲ ਬਿਲਕੁਲ, ਸੁਣਨੀਆਂ ਪੈਂਦੀਆਂ। ਹਾਂਜੀ, ਲੱਗਦਾ ਕਿ ਪੂਰੀ ਤੌਰ 'ਤੇ ਆਜ਼ਾਦੀ ਸਾਨੂੰ ਨਹੀਂ ਹੈ? ਜੋ ਵੀ ਹੈ, ਬਟ ਕਿਤੇ ਕਈ ਕਾਫੀ ਏਰੀਆ ਸਿਚੁਏਸ਼ਨ ਜੋ ਹੈ ਜੋ ਖਰਾਬ ਹੋ ਰਹੀਆਂ ਜਾ ਰਹੀਆਂ, ਜਿਵੇਂ ਰੇਪ ਵਗੈਰਾ, ਹੈ ਨਾ। ਬਟ ਕੁਛ ਚੀਜ਼ਾਂ ਜਿਵੇਂ ਐਜੂਕੇਸ਼ਨ ਐਂਡ ਆਲ, ਉਸ ਚੀਜ਼ ਇੰਪਰੂਵ ਵੀ ਹੋ ਰਹੀਆਂ। ਇਫ ਯੂ ਆਰ ਟਾਕਿੰਗ ਅਬਾਊਟ ਗਰਲਸ, ਤਾਂ ਇੰਪਰੂਵਮੈਂਟ ਵੀ ਬਹੁਤ ਹੈ, ਅਤੇ ਬੈਕਵਰਡਨੈਸ ਇਜ਼ ਸਟਿਲ ਦੇਅਰ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ? ਗਰਿਮਾ। ਗਰਿਮਾ, ਕੀ ਲੱਗਦਾ ਹੈ ਕਿ ਕਿੰਨੇ ਕੁ ਆਜ਼ਾਦ ਆ
कुछ कह सकते हैं कि अपनी सोसाइटी करके भी कह सकते हैं, मतलब अजकल रेप केसिस क्योंकि इन्ने ज़्यादा हो रहे हैं तो रात रात को निकलते टाइम तो नो डाउट सोचना ही पैंदा है, बट अगर एजुकेशन वगैरह वाइज देखिए तो मैं ऐ लगता है कि जिवें पिंडां दे लोग भी वह भी अपने बच्चों मतलब कुड़ियां नू स्पेशली भेज देंदे है हायर एजुकेशन वास्ते भी या मैरिज वगैरह वास्ते भी, हुण इन्ना नहीं बाउंडेशन रही हैं, बट नो डाउट अगर असी कैब च कल्ले जाना है या रात नू किते जाना है तो यस कि कोई मेल होवे कोई फ्रेंड होवे नाल। कुड़ियां नू पूर्ण तौर पर बोलण की आज़ादी है? हाँ, मैं कई बार जदों कुड़ियां बहुत बेबाकी नाल अपनी गल रखदियां ना तो यह गल भी कहण नू सुणन नू मिलदी है कि यह तो बदतमीज़ हो गई है। कुछ तो देखो फैमिली पर भी डिपेंड करता है कि तुहाडे पेरेंट्स कहे जे, अगर तुहाडे पेरेंट्स सपोर्टिव है तो फिर फैमिली अगे तुसीं कुछ भी आपदे इशूज रख सकदे हो, फिर इन्ना नहीं कुछ सीन हुंदा, बट अगर तुहाडे आपदे पेरेंट्स थोड़े नैरो माइंडेड है, अगर वो लोग आपदे ब्रदरस नू सिस्टर्स नू उन्हां नू प्रेफरेंसिस देंदे है तो थोड़ा जा एक इशूज आ जाते हैं कि हाँ ज़्यादा बोलन लग गई है या हूँ इनू ज़्यादा पता लग गया है, ये चीज़ा आ जाती हैं थोड़िया बहुत। 1947 तो बाद हूँ असं 2018 के उदू तो लैके हूँ तक सिचुएशन बैटर हुई है? यस नो डाउट इंप्रूव तो हो ही हुई है, मतलब काफ़ी चीज़ों तो इंडिपेंडेंट मतलब हो ही गई हैं गर्ल्स, बट सिक्योरिटी इशूज हले भी है। कुड़ियों के विचार जोड़े आज़ादी में लैके जान रहे हैं कि कुड़ियाँ कि आज़ाद महसूस कर दें, कि नाम है? अंजलि। आज़ाद महसूस करते हो अपने आप इंडिपेंडेंट फील करते हो? कहने को तो हमें 72 ईयर्स ऑफ इंडिपेंडेंस हो गए हैं, बट स्टिल आई डोंट फील कि लड़कियां हैं स्पेशली, शायद मैं फिर भी आज़ाद महसूस करती हूँ अपने घर में, बट जब मैं अपनी दोस्तों की बातें सुनती हूँ या खुद में भी थोड़ी बहुत कहीं ना कहीं रिस्ट्रिक्शंस तो होती ही हैं, एंड नॉट जस्ट घर में, यूनिवर्सिटी की हॉस्टल टाइमिंग्स तक हमारी 24 आवर्स ओपन नहीं है और उसके ऊपर हमें एक्सक्यूजेस दिए जाते हैं कि इट इज़ फॉर योर सिक्योरिटी, इट इज़ फॉर योर, तो मतलब अगर इस देश में लड़कियों को सिक्योर रखने के लिए भी उनको मतलब उनकी सिक्योरिटी के लिए भी उनको बांधा जा रहा है तो फिर वो कैसी आज़ादी है? वैसे तो ये गल कही जाती है कि मुंडे कुड़ियों को बराबर अधिकार मिले हुए हैं तो फिर जो अधिकार बराबर ने तो डिस्क्रिमिनेशन क्यों है? यही तो लाइक इसका कोई आंसर देता ही नहीं है, लाइक हम तो ऑब्वियसली हम सारी लड़कियाँ हैं तो हम ये क्वेश्चन उठाते ही हैं घर पर भी बाहर भी, बट एट द सेम टाइम क्वेश्चन चुकते हो तो सुनने को क्या मिलता है? सिक्योरिटी, तुम्हारी सिक्योरिटी के लिए, एंड मतलब मेरे लिए यही आंसर आता है कि तुम सिक्योर भी किसी को बांध के कर रहे हो क्या, फिर वो कैसे इंडिपेंडेंट हो? तो बड़ी गल है कि सिक्योर असी किन्ना तो नहीं हाँ, असी आदमी तो सिक्योर नहीं हाँ, पर बहुत हैरानी की गल है कि साडे देश दे विच जिन्हां दे कोलों असी सिक्योर नहीं हाँ उन्होंने खुले छड़े होया तो कुड़ियों को बंद के रख्या होया। राइट राइट, मतलब अगर चाहते ही हो कि हमारी सिक्योरिटी के लिए उनको बंद कर दो फिर कि सोच बदलनी पड़ेगी। yeah. तो लगता है कि इन्ने साल 72 साल तो बदली नहीं है, आने वाले साल बदलेगी? हाँ शायद बदलेगी, बिकॉज अब जो हमारे भी दोस्त हैं लाइक मेल फ्रेंड्स भी होते हैं तो एक तरफ से उनका दिखता है कि मे बी मेंटालिटी कहीं ना कहीं चेंज हो रही है, एकदम से तो नहीं आएगा चेंज बट स्टिल धीरे धीरे शायद आएगा, उम्मीद है, होपफुल। बहुत बहुत शुक्रिया। की नाम है? स्वाति। स्वाति, किन्ना कि सहमत हो तुम अपने फ्रेंड्स की गल के नाल या फिर थोड़ा ओपीनियन अलग है, आज़ाद महसूस कर दो खुद को? मैं एक वर्किंग वुमेन हूँ तो मेरे ऑफिस टाइमिंग्स कई बार डिले हो जाते हैं, तो हाँ ये तो है ही कि यू नो वी आर नॉट फुली इंडिपेंडेंट, अभी भी मुश्किल होता है अकेले बाहर जाना स्पेशली रात में, चंडीगढ़ जैसी सिटी में रहने के बावजूद भी वो डर हर वक्त रहता है, तो इंडिपेंडेंट तो नहीं है। तुसी क्या कि एक मैं काम कर दी हाँ, एक वर्किंग वूमेन होने के बावजूद भी सानू जो रात को कितने लेट नाइट जाना पैंदा तो यह होंगे कि साडे नाल कोई मेल होवे तो असं ज़्यादा सेफ हाँ, क्यों इदा क्यों लगता सानू कि जो साडे नाल कोई मेल होगा तो असं सेफ होवांगे? कोई नॉन मेल हो तो सेफ लगता है, बट यू नो किसी थर्ड पर्सन पर आप अभी भी भरोसा नहीं कर सकते हैं, और शायद ये जो मतलब मेल लोगों की आपस में अंडरस्टैंडिंग है वो डर एक रहता है कि कोई आदमी है सामने, एक औरत को कमज़ोर मानते हैं तो उसको हरास करना इजी समझते हैं, इसलिए मे बी ये डिफरेंस आता है। सानू क्या जानता है कि कुड़ियों को पूर्ण तौर पर बोलने की आज़ादी, अपने विचार रखने की आज़ादी, पर मैं बहुत बार देखा है बीइंग अ गर्ल कि जो असी खुल के कई बार अपनी गल रखने की कोशिश करते हैं तो अगो ये सुनने मिलता है कि यह तो बहुत ज़्यादा बोलती है, इनू अकल नहीं है, यह बदतमीज़ हो गई, सो अपनी गल रखना भी किधर ना किधर कुड़ियों ही सुनना पैंदा है।
मेरी फैमिली थोड़ी इंडिपेंडेंट है इस मामले में. मैंने खुद में ये कभी महसूस नहीं किया, मेरे दोस्तों में, कॉलेज में कभी नहीं. बट जब मैं और लड़कियों की बात सुनती हूँ, देखती हूँ अपने आसपास, तो हाँ है अभी भी. और वो सोच शायद हमारे बुज़ुर्गों की वजह से आती है जो कैरी ऑन होती जा रही है आगे. तो जब तक वो नहीं बदलेंगे या वो बच्चे इस चीज़ को you know, अपने अंदर लेना नहीं बंद करेंगे, तब तक वो नहीं जाएगा. उम्मीद की करते हो कि आने वाले सालों के विच कुड़ियां पूरी तरह आज़ाद होंगियां भारत च? उम्मीद तो है, पर वक्त लगेगा. 72 साल तो आज़ादी के जड़े बहुत वड्डे पद्धर से जश्न करके मनाए जाते हैं. प्रधानमंत्री मोदी वालों बहुत वड्डियां वड्डियां गल्लां भी लाल किले तो कही जाने, देश पूरा आज़ाद है, नौजवान पूरे आज़ाद ने, पर असल हकीकत की है? कुड़ियां किन आज़ाद ने, मुंडे किन्ने आज़ाद ने? जेकर आज़ादी है तो अज संघर्ष क्यों ने नौजवानों के कोलों जान रहे हैं? की नाम है जी? जी सरबजीत सिंह. सरबजीत सिंह, मेरा देख के तुसी समझ ही गए होगे कि सवाल की है, तो उस सवाल का जवाब की है थोड़ी जी. अकॉर्डिंग टू मी, जिदा कि मैं सोचता जी, आज़ादी है, यूथ कर रहे हैं जो कर रहे हैं, सरकार अपने तौर पर कर रही है, पर 100% नहीं कह सकते आप कि जिदा कि हजे भी साड़ी कुड़ियां या लेडीज़ हजे भी पूरी आज़ादी नहीं है उन्होंने. जिमें छोटे शहरों तो बहुत ज़्यादा हजे भी अत्याचार या रख लो कुछ भी है, वो खुल के वो कम नहीं कर सकते, जो जिमें जी नहीं सकते. दैट्स व्हाट मैं यही सोच रहा. अज तक यूथ तुसी अपने आप नूं पूरी तरह इंडिपेंडेंट मानते हो? कि लगता है कि जो भी अपने हक होंगे ने वो मंगा रखने की आज़ादी है, तो मंगा रखता असं दें कि सानू हर काम करन की आज़ादी है जी. यूथ जिमें अपना हजे फिर भी सूबा वधिया जी, जिमें जे आप शहर जिमें चंडीगढ़ की गल करिए जां कितें भी वधिया शहर जां उत्थे तां फिर भी बंदा अपने मन की कर लैंदा, जे पेरेंट्स सपोर्टिव होवे रख लो, जिमें साडियां यूनिवर्सिटियां ठीक है. बट हाँ जी, जे सरकार दे तौर ते देखिए कि कुछ चीज़ा है जिते बंदा बोलना भी चाहे बोल नहीं पाता, इदां दे कई मुद्दे हैगे है जी, जाति पाति ला लो जां कितें अज तक उस चीज़ बारे कदे बोले ही नहीं गया जी जिहड़ी चीज़ होनी चाहिए है. ये कई चीज़ा है जिदा ते मैं सोचता कि आज़ादी पूरी नहीं है अपनी. हाँ जी, अज लोगों नू तां किधर ना किधर जिहड़ी आज़ादी का सवाल एक दुचिती बनिया होया है. अज बहुत सारे अदारे ने जिन्हां नू आज़ादी नहीं है. मीडिया की असीं गल कर रहे हैं, मीडिया नू भी कितना कितने पूरी तरह संपूर्ण तौर पर बोलने की आज़ादी नहीं है. सो की लगता है कि आज़ादी है सानू या नहीं? आज़ादी जिदा आपां कह लईए कि जो एक गौरमेंट बनती है, एक बार जो एक शास्त्र बन गया या मतलब पूरी गौरमेंट कंस्ट्रक्ट हो गई, तो कितने ना कि हर जगह पर हर फील्ड से उन्हें दबदबा होंगे. आप मीडिया का कह लिए, मीडिया का एक बहुत बड़ा रोल होंगे है कि क्योंकि वो सच न झूठ न उजागर करते हैं कि हाँ भी गवर्नमेंट ये कर रही है, भी कितने भी ये चीज़ कैम हो रहा है, या भी ये गलत हो रहा है, सही हो रहा है. पर कितना कि गवर्नमेंट का दबदबा जरूर होंगे क्योंकि आफ्टरऑल देश को रन कर रहे, तो देश के अंडर ही वो काम कर रहा है मीडिया. तो लोगों का कह लिए कि एक कथन सुनिया होया ना कि सरकार सियाणिया नहीं होंदिया, लोग सियाने हो जाते हैं. आप जे आप फॉरन कंट्रीज़ में देखिए, उत्थे सरकारां नूं इन्ना मतलब बई इंपोर्टेंस नहीं मिलती क्योंकि उत्थे लोगों का लैवल बड़ा ज़्यादा उच्चा है. तो जिदा हुण भाजी हुणे नाल स्टूडियो स्टूडियो वगैरह घूमते रहेंगे, उत्थे इदा कि कोई भी पोलीटिशियन कोई भी चंगा लीडर वो एज अ आम सिविलियन के तौर पर घूमता, जिदा अपने तो बड़ा तवज्जो लोगों नूं दित्ती जांदी है, खुद नूं नहीं दित्ती. बिल्कुल बिल्कुल बिल्कुल, एक लोगों का लैवल भी खुद ब खुद भी बहुत उच्चा अपने देश के नालों. तुसी एक भारत के नागरिक वजों खुद को आज़ाद महसूस करते हो? एक स्टूडेंट होकर ना सोचियो, एक देश का नागरिक होकर सोचो. जे कुछ गल्लां आप ले लिए कि जिदा 70% मैं खुद को आज़ाद मानता क्योंकि मेरी जिंदगी जिदा की है वो मेरे 70% आज़ादी के फैसले ने. सोचते हो कि जिदा की जिंदगी थोड़ी है वो जिंदगी बहुत नसीब नहीं होंगी? हाँ जी बिल्कुल नहीं नसीब होंगी क्योंकि एजुकेशन सिस्टम साड़ा थोड़ा जहाँ इदा का है. जिदा आप कह लिए कि आप भाजी ने भी गल की कि भी आप वधिया चंगे शहर के रह रहे हैं, इतों का तो एक अर्बन तो एक रूरल एरिया का बड़ा फर्क आ जाता, तो एजुकेशन सिस्टम भी वो. शुक्रिया. बिल्कुल, इन्होंने सही गल कही कि असी एक शहर के रह रही हुई है, व्डे शहर के रह रही हुई, उत्थे असी खुद तो कह सकते हैं कि सानू आज़ादी है, पर जो गल आज़ादी की पूरे देश के पद्धर से आती है तो अज भी तकरीबन वो सूबे जोड़े अज भी बहुत पिछड़ी हुई सोच रखते हैं, उत्थे कुड़ियों तो कि मुंडियां भी बहुत हद तक जी आज़ादी नहीं है. कि नाम है? गगनदीप. गगनदीप, अपने आप में एक आज़ाद नागरिक महसूस करते हो पूरी तरह? हाँ जी, आप जी कह सके कि आज़ाद आप है कि कई चीज़ों लैके इस टाइम मुंडे आप आज़ाद है कि आप अपनी मर्जी ना कई कुछ कर सकते हैं जी. जिमें आप स्टडी हूँ असं अपनी मर्जी में चूज़ कर सकते हैं, स्पोर्ट्स अपनी मर्जी में चूज़ कर सकते हैं. गवर्नमेंट ने काफ़ी अगर हैल्प की हुई है जी, आप कई चंगे पद्धर से अपने मुंडे खेड रहे जी. पर ठीक है जी, जो है इस टाइम हालात चल रहे हैं जी, ठीक है, पर
ਜਾਤੀਵਾਦ ਨੂੰ ਲੈ ਕੇ ਆਪਾਂ ਕਈ ਵਾਰ ਮਹਿਸੂਸ ਕਰਦੇ ਹਾਂ ਕਿ ਆਪਾਂ ਹਜੇ ਵੀ ਬੰਨੇ ਹੋਏ ਹਾਂ ਜੀ ਉਹ ਚੀਜ਼ਾਂ 'ਚ ਜਿੱਥੇ ਆਪਾਂ ਇਸ ਟਾਈਮ ਨਹੀਂ ਆਜ਼ਾਦੀ ਨਾਲ ਕਈ ਚੀਜ਼ਾਂ ਨਹੀਂ ਕਰ ਸਕਦੇ। ਸਪੈਸ਼ਲੀ ਜੇ ਤੁਸੀਂ ਅੱਜ ਦੇ ਟਾਈਮ 'ਚ ਦੇਖੋ ਕਿ ਤੁਹਾਨੂੰ ਜੱਜ ਬਹੁਤ ਜਲਦੀ ਕਰਨ ਲੱਗ ਜਾਂਦੇ ਨੇ ਕਿ ਆਹ ਸਰਦਾਰ ਹੈ ਜੀ, ਇਹਨੇ ਕੱਪੜੇ ਕਿਹੋ ਜਿਹੇ ਪਾਏ ਹੋਏ ਜੀ, ਇਹ ਆਪਣੇ ਬਾਣੇ 'ਚ ਨਹੀਂ ਹੈਗਾ ਜੀ, ਇਹ ਵੋ, ਇਹ ਚੀਜ਼ਾਂ ਨੂੰ ਲੈ ਕੇ ਅਸੀਂ ਥੋੜ੍ਹੇ ਬੰਨੇ ਹੋਏ ਹਾਂ। ਵੈਸੇ ਜੇ ਤੁਸੀਂ ਕਹੋ ਕਿ ਆਪਾਂ ਪੰਜਾਬ ਨੂੰ ਲੈ ਲਈਏ ਜਾਂ ਨੌਰਥ ਸਾਈਡ ਨੂੰ ਲੈ ਲਈਏ, ਆਪਾਂ ਕਾਫੀ ਹੱਦ ਤੱਕ ਆਪਾਂ ਆਜ਼ਾਦ ਹੈ ਜੀ। ਜੇ ਤੁਸੀਂ ਗੱਲ ਕਰ ਰਹੇ ਕੁੜੀਆਂ ਬਾਰੇ, ਕੀ ਵਿਚਾਰ ਹੈ ਕਿ ਕੁੜੀਆਂ ਨੂੰ ਆਜ਼ਾਦੀ ਹੈ ਪੂਰੀ? ਨਹੀਂ, ਕੁੜੀਆਂ ਨਾਲ ਆਪਾਂ ਉਹੀ ਗੱਲ ਹੈ ਜੀ, ਆਪਣੇ ਕਿਤੇ ਹਜੇ ਤੱਕ ਖਿਆਲਾਤ ਪੁਰਾਣੇ ਬਹੁਤ ਚੱਲ ਰਹੇ ਨੇ ਕਿ ਨਹੀਂ ਜੀ ਕੁੜੀਆਂ ਨੂੰ ਐਵੇਂ ਨਹੀਂ ਰਹਿਣਾ ਚਾਹੀਦਾ, ਸਿਰ ਢੱਕ ਕੇ ਰਹਿਣਾ ਚਾਹੀਦਾ ਜੀ, ਕੁੜੀਆਂ ਬਾਹਰ ਨਹੀਂ ਜਾ ਸਕਦੀਆਂ ਸ਼ਾਮ ਨੂੰ ਰਾਤ ਨੂੰ, ਮਤਲਬ ਹੈ ਕਈ ਜਗ੍ਹਾ ਬੰਨੇ ਹੋਏ ਆ ਜੀ, ਪਰ ਉਮੀਦ ਹੈ ਕਿ ਅੱਗੇ ਹੁਣ ਆਉਂਦਿਆਂ ਦੇ ਟਾਈਮ 'ਚ ਜੋ ਜਿੰਨਾ ਆਪਾਂ ਸਟੱਡੀ ਨੂੰ ਜ਼ਿਆਦਾ ਕਰਾਂਗੇ ਜਾਂ ਜਿੰਨੇ ਅਸੀਂ ਅੱਜ ਹੁਣ ਸਾਡੇ ਮਾਂ ਪਿਓ ਹੈ ਜੀ, ਸਾਡੇ ਫਾਦਰ ਸਾਹਿਬ ਪੜ੍ਹੇ ਹੋਏ ਆ ਜੀ, ਮੰਮੀ ਨਹੀਂ ਪੜ੍ਹੇ ਹੋਏ, ਮੰਮੀ ਦੇ ਹਿਸਾਬ ਨਾਲ ਉਹ ਮਤਲਬ ਸਹੀ ਨਹੀਂ ਹੈ, ਫਾਦਰ ਦੇ ਹਿਸਾਬ ਨਾਲ ਸਹੀ ਹੈ ਜੀ, ਇਸ ਕਰਕੇ ਜਿੰਨਾ ਆਪਾਂ ਮਤਲਬ ਜਿੰਨੇ ਪੜ੍ਹੇ ਹੋਏ ਮੁੰਡੇ ਆ ਜੀ, ਜਿੰਨੀ ਅਸੀਂ ਆਪਣੀ ਸੁਸਾਇਟੀ ਨੂੰ ਐਜੂਕੇਟ ਕਰਾਂਗੇ ਓਨਾ ਹੀ ਜਿਹੜਾ ਵਾ, ਹਾਂਜੀ ਜਿੰਨੇ ਆਪਾਂ ਐਜੂਕੇਟ ਕਰਾਂਗੇ ਜਾਂ ਕੁੜੀਆਂ ਨੂੰ ਜਿੰਨਾ ਜ਼ਿਆਦਾ ਮੌਕਾ ਦੇਵਾਂਗੇ ਐਜੂਕੇਟ ਕਰਨ ਦਾ ਕਿ ਕੋਈ ਹੋਸਟਲ 'ਚ ਰਹਿ ਰਿਹਾ ਉਹਨੂੰ ਪਤਾ ਹੋਸਟਲ ਲਾਈਫ ਕੀ ਹੁੰਦੀ, ਆ ਇਹ ਦੌਰ ਅੱਜ ਦੇ ਟਾਈਮ 'ਚ ਹੀ ਚੱਲਿਆ ਥੋੜ੍ਹੇ ਟਾਈਮ ਤੋਂ ਕਿ ਆਪਾਂ ਹੋਸਟਲ ਲਾਈਫ ਮਤਲਬ ਰਹਿਣਾ ਸਿੱਖ ਰਹੇ ਹਾਂ ਜੀ ਕਿ ਕੁੜੀਆਂ ਕੀ ਕਰ ਰਹੀਆਂ, ਮਤਲਬ ਹਾਂਜੀ 5-7 ਸਾਲ ਤੋਂ ਜ਼ਿਆਦਾ ਮਾਹੌਲ ਆਇਆ ਜੀ ਹੋਸਟਲ ਦਾ, ਜੋ ਜਦੋਂ ਦੇ ਪ੍ਰਾਈਵੇਟ ਕਾਲਜ ਖੁੱਲ੍ਹੇ ਹੋਏ ਨੇ ਉਸ ਟਾਈਮ ਤੋਂ ਬਾਅਦ ਮੇਰੇ ਹਿਸਾਬ ਨਾਲ ਕਾਫੀ ਆਜ਼ਾਦੀ ਹੈ ਜੀ, ਪਰ ਵਿੱਚ ਹੈ ਕਿ ਜਿੱਥੇ ਗਲਤ ਵੀ ਹੋ ਰਿਹਾ ਥੋੜ੍ਹਾ ਬਹੁਤ ਕਾਲਜਾਂ 'ਚ ਜਾਂ ਜਿੱਥੇ ਆਪਾਂ ਕਹਿ ਸਕਦੇ ਹਾਂ, ਪਰ ਠੀਕ ਹੈ ਮਤਲਬ ਆਉਣ ਵਾਲੇ ਟਾਈਮ 'ਚ 10 ਸਾਲਾਂ ਤੱਕ ਆਪਾਂ ਸੋ, ਹਾਂਜੀ ਹੈ ਉਮੀਦ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹਨਾਂ ਨੇ ਗੱਲ ਇਹ ਕਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਉਸ ਆਜ਼ਾਦੀ ਦੀ ਪੂਰਨ ਤੌਰ 'ਤੇ ਹੋਣ ਦੀ ਸੰਭਾਵਨਾ ਹੈ। ਬਹੁਤ ਸਾਰੇ ਨੌਜਵਾਨਾਂ ਨੇ ਪਹਿਲਾਂ ਵੀ, ਇਸ ਤੋਂ ਪਹਿਲਾਂ ਕੁੜੀਆਂ ਨੇ ਵੀ ਇਹ ਗੱਲ ਕਹੀ ਕਿ ਉਮੀਦ 'ਤੇ ਦੁਨੀਆ ਕਾਇਮ ਹੈ, ਤਾਂ ਉਮੀਦ ਹੈ ਕਿ ਜੋ 72 ਸਾਲਾਂ ਦੇ ਵਿੱਚ ਥੋੜ੍ਹਾ ਬਹੁਤਾ ਸੁਧਰਾ ਹੈ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੀ ਜ਼ਿਆਦਾ ਸੁਧਰ ਜਾਵੇਗਾ। ਸੋ ਇਸੇ ਉਮੀਦ ਨਾਲ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਜਿਹੜਾ ਪੂਰਨ ਤੌਰ 'ਤੇ ਆਜ਼ਾਦ ਹੋਵੇਗਾ। ਉਹੀ ਗੱਲ ਵਾਰ-ਵਾਰ ਕਿ ਕੁੜੀਆਂ ਦੀ ਸੁਰੱਖਿਆ ਜਦੋਂ ਪੂਰੀ ਤੌਰ 'ਤੇ ਹੋ ਜਾਵੇਗੀ, ਕੁੜੀਆਂ ਸੁਰੱਖਿਅਤ ਜਦੋਂ ਹੋ ਜਾਣਗੀਆਂ, ਜਦੋਂ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਕਮਰੇ 'ਚ ਬੰਦ ਨਹੀਂ ਕੀਤਾ ਜਾਵੇਗਾ, ਬਾਹਰ ਜਾਣ ਦਿੱਤਾ ਜਾਵੇਗਾ, ਉਸ ਦਿਨ 'ਤੇ ਸਾਡਾ ਦੇਸ਼ ਜਿਹੜਾ ਉਹ ਪੂਰਨ ਤੌਰ 'ਤੇ ਆਜ਼ਾਦ ਹੋ ਜਾਵੇਗਾ, ਅਤੇ ਉਸ ਦਿਨ ਜਿਹੜੇ ਜਸ਼ਨ ਮਨਾਏ ਜਾਂਦੇ ਨੇ ਉਹਨਾਂ ਦਾ ਜ਼ਮੀਨੀ ਹਕੀਕਤ ਕੀ ਹੈ ਉਹ ਵੀ ਕਿਤੇ ਨਾ ਕਿਤੇ ਮੇਲ ਖਾਣ ਲੱਗ ਜਾਵੇਗੀ। ਅੱਜ ਤਾਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਲਵਾਂਗੇ ਇੱਕ ਨਵਾਂ ਵਿਸ਼ਾ, ਕਰਾਂਗੇ ਗੱਲਬਾਤ। ਤਦ ਤੱਕ ਲਈ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।